अब सियासत बखी हुई है। सब दे विचाले तुहानू दस दईए कि इस समय प्रेस कॉन्फ्रेंस आम आदमी पार्टी के आगू कर रहे हैं हरपाल चीमा, जरनैल सिंह, मीत हेयर, की कुछ कह रहे हैं तुहानू सुनवाने दिता जा रहा है ते किस तरह एक्सटेंशन कर करके जिहड़े आपदे चहेते है सारे महकमें दे विच जिहड़े अफसर है वह चौंह चौंह साल दे हो गए, कई बदे हो गए, कई बंदे नवें नौजवानों नू भर्ती करन दी बजाए जिहड़ी सरकार घर घर नौकरी का वादा करके आई सी ਉਹ ਅੱਜ ਚੌਂਹ ਚੌਂਹ ਸਾਲਦਿਆਂ ਨੂੰ ਨੌਕਰੀ ਜਿਹੜੀ ਹੈ ਦੇ ਰਹੀ ਹੈ। ਕਾਰਨ ਇੱਕੋ ਹੈ ਕਿ ਉਹ ਕੋਈ ਕਿਸੇ ਮੰਤਰੀ ਦਾ ਨੇੜਲਾ, ਕੋਈ ਕਿਸੇ ਮੁੱਖ ਮੰਤਰੀ ਦਾ ਨੇੜਲਾ, ਜਾਂ ਹੋਰ ਕਈ ਕਾਂਗਰਸ ਦੇ ਬੜੇ ਸੀਨੀਅਰ ਆਗੂ ਨੇ ਉਹਨਾਂ ਦੇ ਕੀ ਨੇੜਲੇ ਅਧਿਕਾਰੀ ਨੇ। ਸੋ ਇਹਦੇ ਨਾਲ ਨਾਲ ਜਿਹੜੇ ਹੋਰ ਇੱਕ ਬੜਾ ਇੰਪੋਰਟੈਂਟ ਮੁੱਦਾ ਜਿਹੜਾ ਚੀਮਾ ਸਾਹਿਬ ਨੇ ਵੀ ਜੀਤਾ ਸਾਹਿਬ ਨੇ ਵੀ ਜੀਤਾ ਜ਼ਿਕਰ ਕੀਤਾ ਕਿ ਕਿਸ ਜਿਹੜੇ ਬਾਹਰਲੇ ਸੂਬਿਆਂ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਪੰਜਾਬ ਦੀਆਂ ਨੌਕਰੀਆਂ ਜਿਹੜੀਆਂ ਨੂੰ ਵੰਡੀਆਂ ਜਾ ਰਹੀਆਂ ਇਹਦਾ ਜਿਹੜਾ ਇੱਕ ਮੁੱਖ ਕਾਰਨ ਹੈ ਕਿਉਂਕਿ ਅੱਜ ਸਾਡੇ ਪੰਜਾਬ 'ਚ ਕਿਉਂਕਿ ਆ ਜਿੰਨੇ ਵੀ ਨੌਜਵਾਨ ਖੜ੍ਹੇ ਆ ਇਹਨਾਂ ਸਾਰਿਆਂ ਦਾ ਜਿਹੜਾ ਪੇਪਰ ਹੈ ਜਿਹੜੀਆਂ ਵੱਖ ਵੱਖ ਭਰਤੀਆਂ ਨਿਕਲਦੀਆਂ ਨੇ ਚਾਹੇ ਉਹ ਪੀ ਸੀ ਐੱਸ ਪੀ ਸੀ ਐੱਲ ਦੀ ਹੋਵੇ ਚਾਹੇ ਚਾਹੇ ਜਿਹੜੀਆਂ ਕੌਂਸਟੇਬਲ ਦੀਆਂ ਨਿਕਲੀਆਂ ਚਾਹੇ ਸਬ ਇੰਸਪੈਕਟਰ ਦੀਆਂ ਹੋਣ ਅਤੇ ਪਹਿਲਾਂ ਵੀ ਜਿਹੜੀਆਂ ਜਲ ਸਰੋਤ ਮਹਿਕਮੇ 'ਚ ਨਿਕਲੀਆਂ ਹੋਰ ਜਿਹੜੇ ਵੱਖ ਵੱਖ ਵਿਭਾਗਾਂ 'ਚ ਨਿਕਲੀਆਂ ਇਹਨਾਂ ਦਾ ਜਿਹੜੀ ਏਜੰਸੀ ਪੇਪਰ ਲੈਂਦੀ ਹੈ ਉਹ PPS ਨਹੀਂ ਲੈਂਦੀ ਜਿਹਦੇ ਮੈਂਬਰਾਂ ਨੂੰ ਲੱਖਾਂ ਰੁਪਇਆ ਭੱਤਿਆਂ ਦੇ ਤਨਖਾਹ ਦੇ ਰੂਪ 'ਚ ਦਿੱਤਾ ਜਾਂਦਾ ਹੈ ਇਹਨਾਂ ਦਾ ਪੇਪਰ PSS ਨਹੀਂ ਲੈਂਦੀ ਪੰਜਾਬ ਸਟੇਟ ਸਬਆਰਡੀਨੇਟ ਸਰਵਿਸਿਜ਼ ਜਿਨ੍ਹਾਂ ਮੁਲਾਜ਼ਮਾਂ ਨੂੰ ਲੱਖਾਂ ਰੁਪਏ ਤਨਖਾਹ ਦਿੱਤੀਆਂ ਜਾਂਦੀਆਂ ਮੈਂਬਰਾਂ ਨੂੰ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਲੱਖਾਂ ਰੁਪਏ ਭੱਤੇ ਦਿੱਤੇ ਜਾਂਦੇ ਆ ਇਹਨਾਂ ਦਾ ਪੇਪਰ ਜਿਹੜੀ ਨੌਜਵਾਨਾਂ ਨਾਲ ਮੈਂ ਸਮਝਦਾ ਕਿ ਧੱਕਾ ਕਰ ਰਹੀ ਹੈ ਆ ਇੱਕ ਪ੍ਰਾਈਵੇਟ ਜਿਹੜੀ ਏਜੰਸੀ ਹੈ ਜਿਹੜੀ ਆਊਟਸੋਰਸ ਰਾਹੀਂ ਵੀ ਜਾਂ ਜਿਹੜੇ ਕੰਟਰੈਕਟ ਬੇਸਿਸ ਰਾਹੀਂ ਵੀ ਜਿਹੜੀ ਭਰਤੀ ਕਰਦੀ ਹੈ ਟਾਟਾ TTS ਜਿਹਨੂੰ ਕਹਿੰਦੇ ਟਾਟਾ ਕੰਸਲਟੈਂਸੀ ਸਰਵਿਸਿਜ਼ ਇਹ ਕੰਪਨੀ ਹੈ ਇਹ ਸਰਕਾਰ ਦੇ ਜਿਹੜੇ ਲੀਡਰ ਹੈ ਉਹਨਾਂ ਦੀ ਬੜੀ ਚਹੇਤੀ ਹੈ ਇਹੀ ਸਾਰਾ ਸਿਲੇਬਸ ਤਾਂ ਕਰਦੀ ਹੈ ਜਿਹਦੇ ਕਰਕੇ ਮੈਂ ਸਮਝਦਾ ਪੰਜਾਬ ਦੇ ਨੌਜਵਾਨਾਂ ਦੀ ਜਿੱਥੇ ਆਰਥਿਕ ਪੱਧਰ 'ਤੇ ਬਹੁਤ ਵੱਡੀ ਲੁੱਟ ਹੋ ਰਹੀ ਹੈ ਅਤੇ ਨਾਲ ਦੀ ਨਾਲ ਕਿਉਂਕਿ ਸਾਰਾ ਸਿਲੇਬਸ ਇਹ ਡਿਸਾਈਡ ਕਰਦੀ ਹੈ ਇਹਦਾ ਵੀ ਕਾਰਨ ਹੈ ਕਿਉਂਕਿ ਇਹ ਸਿਲੇਬਸ ਦੇ ਵਿੱਚ ਨਾ ਤਾਂ ਜਿਹੜਾ ਪੰਜਾਬੀ ਵਿਸ਼ਾ ਹੈਗਾ ਨਾ ਉਹ ਇਹਨੇ ਲਾਜ਼ਮੀ ਕੀਤਾ ਹੋਇਆ ਜਿਹਦੇ ਕਰਕੇ ਗਵਾਂਢੀ ਸੂਬਿਆਂ ਦੇ ਨੌਜਵਾਨਾਂ ਨੂੰ ਆ ਕੇ ਇੱਥੇ ਨੌਕਰੀਆਂ ਮਿਲ ਜਾਂਦੀਆਂ ਅਤੇ ਸਿਲੇਬਸ ਦੇ ਵਿੱਚ ਵੀ ਨਾ ਪੰਜਾਬ ਦੀ ਗੱਲ ਹੁੰਦੀ ਹੈ ਨਾ ਪੰਜਾਬੀ ਦੀ ਗੱਲ ਹੁੰਦੀ ਹੈ ਨਾ ਪੰਜਾਬੀਅਤ ਦੀ ਗੱਲ ਹੁੰਦੀ ਹੈ ਕਿਸੇ ਪੇਪਰ ਦੇ ਵਿੱਚ ਸਿਲੇਬਸ ਦੇ ਵਿੱਚ ਪੇਪਰ ਪੰਜਾਬ ਦਾ ਬਾਹਰਲੇ ਜਿਹੜੇ ਸੂਬੇ ਆ ਬਾਹਰਲਾ ਜਿਹੜਾ ਕਲਚਰ ਆ ਉੱਥੋਂ ਦੇ ਸਵਾਲ ਕੀਤੇ ਜਾਂਦੇ ਆ ਸੋ ਸਾਡੀ ਇਹ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੀ ਇਹ ਏਜੰਸੀ ਹੈ ਇਹਦੇ ਪਤਾ ਨਹੀਂ ਕਿੰਨੇ ਕੇਸ ਜਿਹੜੇ ਸੁਪਰੀਮ ਕੋਰਟ 'ਚ ਚੱਲਦੇ ਆ ਇਹਦੇ ਘਪਲਿਆਂ ਦੇ ਆ ਹੁਣ ਵੀ ਜਿਹੜਾ ਔਨਲਾਈਨ ਜਿਹੜਾ ਪੇਪਰ ਹੋਇਆ ਸੀ ਪੰਜਾਬ ਪੁਲਿਸ ਵਾਲਾ ਉਹਦੇ ਵਿੱਚ ਵੀ ਘਪਲਾ ਹੋਇਆ ਜਿਹਦੇ ਕਰਕੇ ਜਿਹੜਾ ਪੇਪਰ ਆ ਉਹ ਕੈਂਸਲ ਇਹਨਾਂ ਨੇ ਕੀਤਾ ਹੈਗਾ ਅਤੇ ਖੰਬਿਆਜਾ ਕਿਹਨੂੰ ਭੁਗਤਣਾ ਪੈ ਰਿਹਾ ਨੁਕਸਾਨ ਕਿਹਦਾ ਹੋ ਰਿਹਾ ਆਹ ਜਿਹੜੇ ਸਾਡੇ ਪਿੱਛੇ ਖੜ੍ਹੇ ਆ ਪੰਜਾਬ ਦੇ ਨੌਜਵਾਨ ਅਤੇ ਇਹਨੂੰ ਰੱਖਿਆ ਕਰ ਲਈ ਹੋਇਆ ਕੰਪਨੀ ਨੂੰ ਇੱਕੋ ਕਾਰਨ ਹੈ ਕਿ ਕਰੋੜਾਂ ਰੁਪਈਏ ਇਹ ਕੰਪਨੀ ਜਿਹੜੀ ਉਹ ਹਰ ਸਾਲ ਬਣਾਉਂਦੀ ਹੈ ਅਤੇ ਉਹਦੇ ਵਿੱਚੋਂ ਸਰਕਾਰ ਦੇ ਜਿਹੜੇ ਸੱਤਾਧਾਰ ਪਾਰਟੀ ਦੇ ਲੀਡਰ ਹੈ ਉਹਨਾਂ ਨੂੰ ਜਿਹੜਾ ਕਮਿਸ਼ਨ ਜਾਂਦਾ ਅਤੇ ਜਿਹਦੇ ਕਰਕੇ ਨੁਕਸਾਨ ਜਿਹੜਾ ਹੋ ਰਿਹਾ ਉਹ ਪੰਜਾਬ ਦੇ ਨੌਜਵਾਨਾਂ ਦਾ ਹੋ ਰਿਹਾ ਤੁਸੀਂ ਦੇਖੋ ਗਲਤੀ ਕਰੀ ਕੰਪਨੀ ਨੇ ਫੀਸਾਂ ਭਰੀਆਂ ਬੱਚਿਆਂ ਭਰੇ ਪੇਪਰ ਹੋ ਗਿਆ ਕੈਂਸਲ ਅਤੇ ਹੁਣ ਜੇ ਦੁਬਾਰਾ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅਤੇ ਭਰਤੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਆਊਟਸੋਰਸਿੰਗ ਜਿਹੜੇ ਇੰਪਲੋਈਜ਼ ਰੱਖੇ ਜਾਂਦੇ ਨੇ ਪੰਜਾਬ ਦੇ ਵਿੱਚ ਵੱਖ ਵੱਖ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਨੂੰ ਲੈ ਕੇ ਸਵਾਲ ਮੀਥੇੜ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਸਵਾਲ ਚੁੱਕ ਰਹੀ ਹੈ ਅਤੇ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਡਾਇਰੈਕਟ ਭਰਤੀ ਇਹਨਾਂ ਸਾਰੇ ਡਿਪਾਰਟਮੈਂਟਸ ਦੇ ਵਿੱਚ ਕੀਤੀ ਜਾਵੇ ਇੰਪਲੋਈਜ਼ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਆ ਰਹੇ ਨੇ ਦੋ ਦਿਨਾਂ ਦੀ ਫੇਰੀ ਦੇ ਉੱਤੇ ਅਤੇ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਸਰਕਾਰ 'ਤੇ ਹਮਲਾਵਰ ਨੇ ਇਸ ਬੁਲੇਟਿਨ ਦੇ ਵਿੱਚ ਨਹੀਂ